ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼ਿੰਗਾਰ ਸਿੰਘ ਠੇਕੇਦਾਰ ਦੇ ਘਰੇ। ਠੇਕੇਦਾਰ ਸ਼ਿੰਗਾਰ ਸਿੰਘ ਦੇ ਘਰੇ ਆਪਾਂ ਪਹੁੰਚ ਗਏ ਹਾਂ ਅਤੇ ਹੁਣ ਅੱਗੇ ਜਿਹੜੇ ਸਵਾਗਤ ਲਈ ਸਾਡੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਖੜੇ ਆ ਜੀ ਅਤੇ ਸਾਡੀ ਟੀਮ ਅੱਜ ਪਹੁੰਚੀ ਹੈ ਜੀ। ਆਓ ਜੀ, ਵੈਲਕਮ ਜੀ, ਵੈਲਕਮ। ਸਰਪੰਚ ਬੋਲਦਾ ਪ੍ਰੋਗਰਾਮ ਵਿੱਚ ਦੇਸ਼ ਦੇ ਵਿੱਚ ਬੈਠੇ ਸਾਡੇ ਪਿੰਡ ਦੇ ਜਿੰਨੇ ਵੀ ਸਾਡੇ ਸਾਥੀ ਨੇ, ਨੌਜਵਾਨ ਬਜ਼ੁਰਗ, ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ। ਜਿਵੇਂ ਕਿ ਤੁਸੀਂ ਜਾਣਦੇ ਜੇ ਕਿ ਪਿੰਡ ਵਿੱਚ ਸਰਪੰਚੀ ਦੀ ਚੋਣ ਦਾ ਦੌਰ ਬੜੇ ਜ਼ੋਰਾਂ ਸ਼ੋਰਾਂ 'ਤੇ ਆ ਅਤੇ ਸਾਡੇ ਪੂਰੇ ਪਿੰਡ ਧਰਦਿਆਂ ਵਿੱਚ ਜਿਨ੍ਹਾਂ ਦੇ 3 ਜ਼ੋਨ ਬਣੇ ਹੋਏ ਨੇ, ਇੱਥੋਂ ਦੇ 8 ਉਮੀਦਵਾਰ ਨੇ। ਅੱਜ ਅਸੀਂ 6ਵੇਂ ਉਮੀਦਵਾਰ ਦੇ ਘਰ ਪਹੁੰਚੇ ਹਾਂ, ਸਰਦਾਰ ਸ਼ਿੰਗਾਰ ਸਿੰਘ ਜੀ ਠੇਕੇਦਾਰ। ਇਹਨਾਂ ਦਾ ਚੋਣ ਨਿਸ਼ਾਨ ਹੈ ਬੈਟ ਬੱਲਾ। ਪਰਮਾਤਮਾ ਕਰੇ ਕਿ ਇਹ ਆਉਣ ਵਾਲੇ ਸਮੇਂ ਵਿੱਚ ਸਰਪੰਚ ਬਣ ਕੇ ਅਤੇ ਪਿੰਡ ਦੀ ਨੁਮਾਇੰਦਗੀ ਕਰਨ। ਅਸੀਂ ਤੁਹਾਡੇ ਰੂਬਰੂ ਕਰਾ ਰਹੇ ਹਾਂ ਸਰਦਾਰ ਸ਼ਿੰਗਾਰਾ ਸਿੰਘ ਜੀ ਠੇਕੇਦਾਰ ਨੂੰ। ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਸ਼ਿੰਗਾਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹ ਸਵਾਲ ਆ ਕਿ ਤੁਸੀਂ ਸਰਪੰਚੀ ਦੀ ਚੋਣ ਕਿਉਂ ਲੜਨਾ ਚਾਹੁੰਦੇ ਜੀ? ਸਰਪੰਚੀ ਚੋਣ ਅਸੀਂ ਅੱਜ ਤੋਂ 32 ਸਾਲ ਦੀ ਉਮਰ ਹੋ ਚੁੱਕੀ ਹੈ ਜੀ। ਹਾਂਜੀ, ਅਸੀਂ ਵੇਹਲੇ ਆ ਰਹੇ ਹਾਂ। ਅੱਜ ਤੱਕ ਕੋਈ ਸਾਡੇ ਪਿੰਡ ਦਾ ਔਕਾਤ ਨਹੀਂ, ਕਿੰਨੇ ਸਰਪੰਚ, ਕਿੰਨੀਆਂ ਸਰਕਾਰਾਂ ਬਦਲ ਚੁੱਕੀਆਂ, ਕਿੰਨੇ ਨਾ ਕੋਈ ਗਰੀਬ ਜਨਤਾ ਬਾਰੇ ਸੋਚਿਆ, ਨਾ ਕੋਈ ਨਾਲਿਆਂ ਸੜਕਾਂ ਦਾ ਬਹੁਤ ਬੁਰਾ ਹਾਲ। ਹਾਂਜੀ, ਇਹਦੇ ਕਰਕੇ ਅਸੀਂ ਨਵੇਂ ਕੁਛ ਗਾੜੀ ਲਿਆਉਣਾ ਚਾਹੁੰਦੇ ਹਾਂ, ਕਿਉਂਕਿ ਇਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਗਾੜੀ ਗਲੀਆਂ ਨਾਲੀਆਂ ਹੋਰ ਕੰਮਾਂ ਕਾਰਾਂ ਲੈ ਕੇ ਚੱਲਾਂਗੇ। ਠੀਕ ਹੈ। ਅਤੇ ਸ਼ਿੰਗਾਰ ਸਿੰਘ ਜੀ, ਤੁਹਾਡੀ ਪੜ੍ਹਾਈ ਕਿੱਥੇ ਤੱਕ? ਮੈਂ ਮੈਟ੍ਰਿਕ ਪਾਸ ਸਰ। ਠੀਕ ਹੈ, ਬਹੁਤ ਵਧੀਆ, ਵੈਰੀ ਗੁੱਡ। ਸ਼ਿੰਗਾਰ ਸਿੰਘ ਜੀ, ਤੁਸੀਂ ਇਹਨੂੰ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਦੱਸੋ ਕਿ ਤੁਹਾਡੇ ਬੱਚੇ ਕਿੰਨੇ ਆ, ਤੁਹਾਡੇ ਭੈਣ ਭਰਾ ਅਤੇ ਹੋਰ ਤੁਹਾਡੇ ਦੂਸਰੇ ਆਂਢ ਗੁਆਂਢ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਤੁਹਾਨੂੰ ਇਸ ਸਰਪੰਚੀ ਤੋਂ? ਅਸੀਂ ਅਸੀਂ 4 ਭਾਈ ਹਾਂ, ਇੱਕ ਸਾਡੀ ਸਿਸਟਰ ਵਾ, ਉਹਦੇ ਮੈਰਿਜ ਹੋ ਚੁੱਕੀ ਆ, ਅਤੇ ਬਾਕੀ ਮੰਮੀ ਆ ਮੇਰੀ, ਡੈਡੀ ਮੇਰੀ ਡੈਥ ਹੋ ਚੁੱਕੀ ਆ, ਅਤੇ ਮੇਰੇ ਤਾਏ ਦੇ ਲੜਕੇ ਆ, ਤਾਇਆ ਜੀ ਆ, ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਮਿਲ ਰਿਹਾ ਵਾ, ਹੋਰ ਗਲੀ ਗੁਆਂਢ ਜੋ ਵੀ ਆ ਇਹਨਾਂ ਨੇ ਮੈਨੂੰ ਤੋਰਿਆ ਇਹ ਰਾਜ, ਅਤੇ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਇਹਨਾਂ ਦਾ। ਹੋਰ ਸ਼ਿੰਗਾਰ ਸਿੰਘ ਜੀ, ਤੁਹਾਡਾ ਐਵਲੇ ਕਾਰੋਬਾਰ ਕੀ ਹੈ ਤੁਹਾਡਾ? ਕਾਰੋਬਾਰ ਅਤੇ ਆਪਾਂ ਇਹ ਡਰਾਈਵਰੀ ਲਾਈਨ 'ਚ ਹੁਣ ਪਏ ਹਾਂ। ਠੀਕ ਹੈ। ਹਾਂਜੀ, ਪਹਿਲੋਂ ਮੈਂ ਕੰਮ ਬਾਹਰ ਚੱਲਦਾ ਠੇਕੇਦਾਰੀ ਦਾ। ਠੀਕ। ਉਹਦੇ ਡੈਡੀ ਦੀ ਡੈਥ ਹੋਣ ਦੇ ਕਰਕੇ ਅਸੀਂ ਕੰਮ ਉਹਦਾ ਬਾਹਰ ਦਾ ਫਿਰ ਬੰਦ ਕਰ ਦਿੱਤਾ, ਘਰ ਸਿਆਣਾ ਬੰਦਾ ਨੇ ਕੋਈ ਪੈਦਾ, ਇਹਦੇ ਕਰਕੇ ਘਰ ਰਹਿਣਾ ਚਾਹੁੰਦੇ ਅਸੀਂ। ਠੀਕ ਹੈ। ਹਾਂਜੀ, ਇੱਕ ਤਾਇਆ ਜੀ ਸਾਡੇ ਉਹਨਾਂ ਲਗਵਾ ਗਿਆ ਉਹਨਾਂ ਦੇ ਕਰਕੇ, ਕਿਉਂਕਿ ਕੋਈ ਵੀ ਬੰਦਾ ਅਸੀਂ ਚਾਹੁੰਦੇ ਹਾਂ ਵੀ ਸਾਡਾ ਮੈਂਬਰ ਜਾਂ ਸਰਪੰਚ ਚੱਲਣਾ ਚਾਹੀਦਾ ਹੈਰਾ ਤਾਂ, ਅਤੇ ਜੋਗਾ ਸਿੰਘ ਨੇ ਜਾਂ ਹੋਰ ਹੀ ਸਾਡਾ ਸੱਜਣਾ ਇਹਨਾਂ ਨੂੰ ਲੈ ਕੇ ਨਾਲ ਨਹੀਂ ਤੁਰੇ। ਅਸੀਂ ਕਹਿੰਦੇ ਹਾਂ ਵੀ ਸਰਸੰਤੀ ਹੋ ਜਾਂਦੀ ਪਿੰਡ ਦੀ ਬਹੁਤ ਚੰਗੀ ਗੱਲ ਸੀ, ਇਹਨਾਂ ਨੂੰ ਪੁੱਛਿਆ ਤੱਕ ਨਹੀਂ, ਅੱਜ ਤੱਕ ਨਹੀਂ ਪੁੱਛਿਆ ਵੀ ਯਾਨੀ ਸਰਸੰਤੀ ਕਰਨਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ, ਅਤੇ ਇਸ ਕਰਕੇ ਅਸੀਂ ਗਾੜੀ ਤੁਰੇ ਹਾਂ। ਸ਼ਿੰਗਾਰ ਸਿੰਘ ਜੀ, ਪਰਮਾਤਮਾ ਕਰੇ ਤੁਸੀਂ ਸਰਪੰਚ ਬਣੋ, ਪਰ ਜਦੋਂ ਆਪਾਂ ਸਰਪੰਚ ਬਣਾਂਗੇ ਆਪਣੀਆਂ ਜ਼ਿੰਮੇਵਾਰੀਆਂ ਵੀ ਬਦਲਣਗੀਆਂ, ਅਤੇ ਫਰਜ਼ ਕਰੋ ਕਿ ਤੁਹਾਨੂੰ ਤੁਹਾਡਾ ਕੰਮ ਆ, ਤੁਸੀਂ ਤੁਹਾਨੂੰ ਕਰਿਆ ਕਿ ਕਿਤੇ ਜਾਣਾ ਵਾ, ਅਤੇ ਅਚਾਨਕ ਤੁਹਾਨੂੰ ਬਾਹਰੋਂ 2 ਆਦਮੀ ਆ ਗਏ ਕਹਿੰਦੇ ਵੀ ਸ਼ਿੰਗਾਰ ਸਿੰਘ ਜੀ ਥਾਣੇ ਤੋਂ ਚੌਂਕੀ ਤੱਕ ਜਾਣਾ, ਅਤੇ ਫਿਰ ਉਸ ਸਮੇਂ ਤੁਸੀਂ ਕਿੱਦਾਂ ਉਸ ਸਮੇਂ ਨੂੰ ਹੈਂਡਲ ਕਰੋਗੇ? ਭਾਈ ਮੈਂ ਮੰਨ ਲਓ ਜੇ ਮੇਰੀ ਚੁੱਕੀ ਆ ਨਾ, ਪਰਮਾਤਮਾ ਕਰੇ ਮੈਂ ਅੱਜ ਸਰਪੰਚ ਬਣਦਾ ਵਾਂ, ਮੇਰੇ ਭਰਾ ਹੈਗੇ ਆ, ਮੈਂ ਟਾਈਮ ਬਿਲਕੁਲ ਫਰੀ ਹੈਗਾ, ਉਹਨਾਂ ਨੇ ਤੋਰਿਆ ਵਾ, ਇਸੇ ਕੰਮ 'ਚ ਮੈਂ ਲੋਕਾਂ ਦੀ ਸੇਵਾ ਕਰੂੰਗਾ। ਠੀਕ ਹੈ, ਯਾਨੀ ਤੁਸੀਂ ਆਪਣੇ ਫਰਜ਼ ਨੂੰ ਪਹਿਲ ਦਿਓ? ਫਰਜ਼ ਨੂੰ ਪਹਿਲ ਦਊਂਗਾ। ਠੀਕ ਹੈ ਜੀ।
हाँ जी शिंगारा सिंह जी, जो विकास की गल की जाए तो विकास में तुम कि नज़र ना वेंदे जे, विकास कि गलों विकास गिणते जी? हाँ सर, आ देख लो गलियां लाहियां साढ़े कि बुरा हाल होया पिया वा, अज तो 20-30 साल पहले देखते आ रहे हैं, पिंड का उ हाल आ, कोई बदलिया नहीं कुछ भी है। तो परमात्मा मेहर करे अज तो मैं सरपंच बन जा, मैं ग्राउंड का सोचूंगा सब तो पहले, एक नंबर तीजा नंबर गलियां नालियां का सोचूंगा, और जो भी धियां भैन की शादी होंगी आ, पाँच पाँच साल दस दस साल पिछले पैसे मिलते हैं, तो सब तो पहलों ब्याह वाले दिन पैसे मिलते। ਗਾਰ ਸਿੰਘ ਜੀ, ਪਰਮਾਤਮਾ ਕਰੇ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਪਿੰਡ ਦੀ ਨੁਮਾਇੰਦਗੀ ਕਰੋ ਅਤੇ ਫਰਜ਼ ਕਰੋ, ਤੁਹਾਨੂੰ ਵੀ ਪਤਾ ਹੋਣਾ ਵਾ ਵੀ ਸਾਰਿਆਂ ਨੇ ਵੋਟਾਂ ਆਪਾਂ ਨੂੰ ਨਹੀਂ ਪਾਉਣੀ, ਕੁਛ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੋਟ ਨਹੀਂ ਪਏ, ਅਤੇ ਤੁਸੀਂ ਸਰਪੰਚ ਜੇ ਅਤੇ ਅਚਾਨਕ ਉਸ ਬੰਦੇ ਨੂੰ ਤੁਹਾਡੇ ਪ੍ਰਤੀ ਕੋਈ ਕੰਮ ਪੈ ਗਿਆ, ਮੋਹਰ ਲਵਾਉਣੀ ਜਾਂ ਕੁਛ ਵੀ ਇੱਦਾਂ ਦਾ ਕੰਮ ਪੈ ਗਿਆ, ਅਤੇ ਜਾਂ ਥਾਣੇ ਚਮਕੀ ਜਾਣਾ ਕਿਤੇ ਵੀ ਜਾਣਾ, ਉਸ ਸਮੇਂ ਤੁਸੀਂ ਉਹਦੇ ਨਾਲ ਬਦਲੇ ਦੀ ਭਾਵਨਾ ਰੱਖੋ ਕਿ ਜਾਂ ਉਸ ਬੰਦੇ ਨੂੰ ਆਪਣਾ ਫਰਜ਼ ਸਮਝ ਕੇ ਅਤੇ ਉਹਦਾ ਜਿਹੜਾ ਕੰਮ ਉਹ ਸਹੀ ਤਰੀਕੇ ਨਾਲ ਕਰੋ। ਸਾਰਾ ਜਦੋਂ ਅਸੀਂ ਸੇਵਾ ਹੀ ਕਰਦੇ ਹਾਂ ਵਿੱਚ, ਹਰ ਇੱਕ ਬੰਦਾ ਤਾਂ ਕੋਈ ਨਾ ਕੋਈ ਚੱਲਦਾ ਪਿੰਡਾਂ ਦੇ ਵਿੱਚ, ਕਿਸ ਤਰ੍ਹਾਂ ਕੋਈ ਵਿਰੋਧ ਚੱਲਦਾ ਵਾ, ਸਾਨੂੰ ਸਾਰੇ ਇੱਕੋ ਜਿਹਾ ਵੋਟ, ਕੋਈ ਪਵੇ ਨਾ ਪਵੇ, ਅਸੀਂ ਹਰ ਇੱਕ ਦੀ ਸੇਵਾ ਕਰਨ ਨੂੰ ਤਿਆਰ ਆ, ਰਾਹਤ ਆਵੇ ਕੋਈ ਦਿੰਦੇ ਆਵੇ। ਹਾਂਜੀ ਸ਼ਿੰਗਾਰਾ ਸਿੰਘ ਜੀ, ਪਿੰਡ ਧਰਦਿਓ ਦੇ ਵਿੱਚ ਸ਼ਹੀਦ ਭਾਈ ਸੰਤੋਖ ਸਿੰਘ ਚੈਰੀਟੇਬਲ ਟਰੱਸਟ ਜੋ ਚੱਲ ਰਹੀ ਆ, ਉਹਦੇ ਬਾਰੇ ਤੁਸੀਂ ਕੁਝ ਜਾਣਦੇ ਜੀ? ਹਾਂਜੀ ਸਰ, ਜਾਣਦਾ ਜੀ। ਹਾਂਜੀ ਦੱਸੋ ਉਹਦੇ ਬਾਰੇ ਤੁਸੀਂ ਕੀ ਜਾਣਦੇ ਜੀ? ਇਹ ਜੋ ਵੀ ਮੇਰੇ ਭਰਾਵਾਂ ਨੇ ਰਲ ਕੇ ਚੱਲੇ ਆ, ਇਹਨਾਂ ਦਾ ਜੋ ਕਿ ਸ਼ਮਸ਼ਾਨ ਘਾਟ ਤੋਂ ਲੈ ਕੇ ਹੋਰ ਸਫਾਈਆਂ, ਗਲੀਆਂ ਸੜਕਾਂ ਦੀ ਸਫਾਈ ਕਰਦੀ, ਬਹੁਤ ਚੰਗਾ ਕੰਮ ਕੀਤਾ, ਇਹਨਾਂ ਦੇ ਨਾਲ ਅਸੀਂ ਰਲ ਕੇ ਚੱਲਾਂਗੇ, ਜੋ ਵੀ ਇਹ ਕਹਿਣਗੇ ਉਹੀ ਹੋਏਗਾ ਪਿੰਡ ਦੇ ਵਿੱਚ। ਤੁਸੀਂ ਸਹਿਯੋਗ ਦਿਓਗੇ ਜੀ ਸਰਪੰਚ ਬਣਨ ਤੋਂ ਬਾਅਦ? ਹਾਂਜੀ ਦੇਵਾਂਗੇ ਸਹਿਯੋਗ ਜੀ। ਬਹੁਤ ਵਧੀਆ ਜੀ, ਬਹੁਤ। ਸ਼ਿੰਗਾਰ ਸਿੰਘ ਜੀ, ਪਿੰਡ ਵਿੱਚ ਗ੍ਰਾਮ ਸਭਾ ਦੀਆਂ ਮੀਟਿੰਗਾਂ ਹੁੰਦੀਆਂ ਜੋ ਹੁਣ ਤੱਕ ਜਾਲੀ ਹੁੰਦੀਆਂ ਆਈਆਂ, ਯਾਨੀ ਅੱਜ ਤੱਕ ਸਾਡੀ ਅਸੀਂ ਵੇਖਦੇ ਹਾਂ ਕਦੀ ਵੀ ਕੋਈ ਗ੍ਰਾਮ ਸਭਾ ਦੀ ਮੀਟਿੰਗ ਨਹੀਂ ਹੋਈ, ਅਤੇ ਭਵਿੱਖ ਵਿੱਚ ਕੀ ਅਸੀਂ ਤੁਹਾਡੇ ਤੋਂ ਇਹ ਆਸ ਰੱਖ ਸਕਦੇ ਹਾਂ ਕਿ ਤੁਸੀਂ ਪਿੰਡ 'ਚ ਗ੍ਰਾਮ ਸਭਾ ਦੀ ਮੀਟਿੰਗ ਲਵਾਇਆ ਕਰੋਗੇ? ਲਵਾਇਆ ਕਰਾਂ ਸਰ, ਜੋ ਵੀ 6 ਮਹੀਨਾ ਪਿੱਛੋਂ ਦੇਖੋ ਕੋਈ ਵੀ ਬੰਦਾ ਜਾਂ ਗ੍ਰਾਮ ਸਭਾ ਵਾ ਆਣ ਕੇ ਪੁੱਛ ਸਕਦਾ ਕੀ ਕੰਮ ਹੋਇਆ ਪਿੰਡ ਦੇ ਵਿੱਚ, ਕਿੱਥੇ ਕਿੱਥੇ ਸਮਾਨ ਲੱਗਾ ਵਾ, ਮੈਂ ਪੂਰਾ ਪੂਰਾ ਸਰ ਹਿਸਾਬ ਦਊਂਗਾ ਤੁਹਾਨੂੰ। ਠੀਕ ਹੈ। ਸ਼ਿੰਗਾਰਾ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿੰਡ ਦੀਆਂ 3 ਪੰਚਾਇਤਾਂ ਹੋ ਚੁੱਕੀਆਂ ਵਾ, ਔਰ ਪਿੰਡ ਦੇ ਸਾਂਝੇ ਕੰਮ ਜਿਵੇਂ ਟੂਰਨਾਮੈਂਟ ਕਰਾਉਣੇ, ਖੇਡਾਂ ਕਰਾਉਣੀਆਂ ਜਾਂ ਪਿੰਡ ਦੇ ਕਲੱਬ ਬਣਾਉਣੇ ਜਾਂ ਇਹੋ ਜਿਹੇ ਜਿੰਨੇ ਵੀ ਸਾਂਝੇ ਕੰਮ ਆ, ਉਹ 3 ਪੰਚਾਇਤਾਂ ਦੇ ਸਹਿਯੋਗ ਨਾਲ ਕਰਨਾ ਸਹੀ ਸਮਝੋਗੇ ਜਾਂ ਇਕੱਲੇ ਇਕੱਲੇ ਕਰਨ ਨੂੰ ਤੁਸੀਂ ਪਹਿਲ ਦਿਓਗੇ ਜੀ? ਸਰ ਮੈਂ ਤਾਂ ਇਹੀ ਚਾਹੁੰਦਾ ਹਾਂ ਜੋ ਵੀ ਆਉਣ ਵਾਲਾ ਟੂਰਨਾਮੈਂਟ ਆ ਜਾਂ ਕੋਈ ਵੀ ਪ੍ਰੋਗਰਾਮ ਪਿੰਡ ਦੇ ਵਿੱਚ ਹੁੰਦਾ ਵਾ, 3 ਪੰਚਾਇਤਾਂ ਮਿਲ ਕੇ ਚੱਲਣ ਤਾਂ ਬਹੁਤ ਚੰਗੀ ਗੱਲ ਆ, ਸਾਰੇ ਪਿੰਡ ਵਾਸਤੇ ਪੱਤਰ ਆ ਕਿ ਸਾਡੇ ਪਿੰਡ ਦਾ ਏਕਾ ਹੈਗਾ ਵਾ, ਔਰ ਭਾਈ ਮਨਦੀਪ ਭਾ ਉਹਨਾਂ ਨੇ ਜਿਹੜੇ ਕਲੱਬ ਬਣਾਇਆ ਵਾ ਜਾਂ। ਸ਼ਿੰਗਾਰ ਸਿੰਘ ਜੀ, ਤੁਸੀਂ ਜਦੋਂ ਸਰਪੰਚ ਬਣ ਗਏ ਅਤੇ ਉਸ ਸਮੇਂ ਸਰਪੰਚੀ ਆਪ ਕਰੋਗੇ ਕਿ ਜਾਂ ਕਿਸੇ ਹੋਰ ਨੂੰ ਲਿਖ ਕੇ ਦਿਓ? ਸਰ ਮੈਂ ਸਰਪੰਚੀ ਆਪ ਕਰਾਂਗਾ, ਨਾਲ ਮੇਰੇ ਤਾਏ ਦੇ ਲੜਕੇ ਆ, ਜੋ ਵੀ ਕੰਮ ਆ ਪਹਿਲਾਂ ਤੋਂ ਹੀ ਸਾਡਾ ਤਾਇਆ ਜੀ ਮੈਂਬਰ ਰਹੇ ਆ, IRD ਮੈਂਬਰ ਆਣੇ ਰਹੇ ਆ, ਜੋ ਵੀ ਕੰਮ ਆ ਚੱਲੂਗਾ, ਇਹਨਾਂ ਸਲਾਹ ਨਾਲ ਚੱਲੂਗਾ, ਇਹ ਸਾਡੇ ਵੱਡੇ ਆ। ਯਾਨੀ ਤੁਸੀਂ ਤੁਹਾਡੇ ਪੰਚਾਇਤ ਮੈਂਬਰ ਵੀ ਹੋਣਗੇ? ਹਾਂਜੀ ਨਾਲ ਚੱਲਾਂਗੇ। ਠੀਕ ਹੈ। ਸ਼ਿੰਗਾਰਾ ਸਿੰਘ ਜੀ, ਤੁਸੀਂ ਸਰਪੰਚੀ ਇਲੈਕਸ਼ਨ ਲੜ ਰਹੇ ਜੇ, ਆਪਣੀ ਜਿੱਤ ਨੂੰ ਕਿਸੇ ਲਾਗਤ ਕਿੰਨੀ ਮੰਨਦੇ ਜੀ, ਔਰ ਤੁਹਾਡੇ ਪਿੰਡ ਵਿੱਚ ਕੁੱਲ ਕਿੰਨੀ ਵੋਟ ਆ? ਤੁਹਾਡੇ ਪਿੰਡ ਦੇ ਵਿੱਚ ਸਰ 950 ਵੋਟ ਆ, ਉਹ ਯਕੀਨੀਆਂ ਕਿ ਸਾਡੇ 350 ਵੋਟ ਜਿਹੜੀ ਆਪਣੇ ਪਰਿਵਾਰਕ ਮੈਂਬਰਾਂ ਦੀ ਹੈਗੀ ਆ, ਉਹ 'ਚੋਂ 90% ਸਾਨੂੰ ਆਸ ਹੈਗੀ ਆ ਕਿ 250 ਵੋਟ ਸਾਨੂੰ ਦੂਜੇ ਟੱਬਰ ਦੀ ਮਿਲਦੀ ਆ। 90% ਵੋਟ ਨਾਲ ਤੁਸੀਂ ਜਿੱਤ ਯਕੀਨੀ ਰੱਖਦੇ ਹੋ ਜੀ? ਹਾਂਜੀ ਸਰ। ਬਹੁਤ ਵਧੀਆ ਜੀ। ਠੀਕ। ਹੋਰ ਸ਼ਿੰਗਾਰ ਸਿੰਘ ਜੀ, ਅਸੀਂ ਟਰੱਸਟ ਵੱਲੋਂ ਇੱਥੇ ਆਏ ਅਤੇ ਅਸੀਂ ਤੁਹਾਡੇ ਨਾਲ ਸਵਾਲ ਕੀਤੇ, ਸਵਾਲਾਂ ਵਿੱਚ ਤੁਹਾਡੇ ਸਵਾਲ ਵਿੱਚ ਕੋਈ ਹੋਇਆ ਸਵਾਲ ਤੁਹਾਨੂੰ ਜਿਹੜਾ ਚੁਭਿਆ ਹੋਵੇ, ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੋਵੇ, ਉਹਦੇ ਕਰਕੇ ਅਸੀਂ ਸਾਰੇ ਟਰੱਸਟ ਨੂੰ ਤੁਹਾਡੇ ਕੋਲ ਮਾਫ਼ੀ ਦੇ ਹੱਕਦਾਰ ਹਾਂ, ਅਤੇ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਮਿਹਰਬਾਨੀ। ਅਸਲ ਵਿੱਚ ਮੈਂ ਬੋਲਦਾ ਸਰਪੰਚ ਦਾ ਮਤਲਬ ਹੀ ਇਹੋ ਆ
मैं सरपंच बोलदा प्रोग्राम दे विच असी ये कोशिश कीती आ कि असी सारियां सरपंचां दी इंटरव्यू ले जावे क्योंकि ये ना होवे कि बाद विच कोई सरपंच अपने वादे तो मुकरे ना। दूजी गल ये कि सानू ये वेखण च बहुत मिलिया कि जो डिवेलपमेंट वा वो सरपंच कहिंदे आ वी गलियां नालियां बिल्कुल सही गल इन्हां दी क्योंकि साडे पिंड दा हाल ही बुरा है क्योंकि जदों तक पिंड विच आउण जाण वाले रस्ते सही नहीं होणगे उत्थे कोई डिवेलपमेंट उत्थों गाड़ी शुरू नहीं होंदी क्योंकि सब तो पहलों रस्ते होने चाहिए आ फिर ही किसी चीज़ का उसारी जी वो सही तरीके कोई भी काम हो सकता वा। इसलिए असी इन्हां शिवराज सिंह जी के बहुत बहुत धन्यवाद हाँ इन्हां दे ग्रह विखे आए साडा बहुत तहे दिलों नाल स्वागत किया धन्यवाद जी। हाँ जी इस तों अलावा कोई होर ट्रस्ट मैंबर जां कोई होर नगर निवासी सरपंच शिंगारा सिंह नूं कोई सवाल करना चाहुंदा होवे ते ओह अगे आ सकदा जी। अज मैं पुछदा जी शिंगार सिंह ठेकेदार अपने छोटे वीर नूं वीर जी आप बड़ी गुरु तेग बहादुर जी मेहराज चढ़दी कला नाल आप सरपंच बन के आने ते एनी टाइम कोई ना कोई लड़ाई झगड़ा अपने परिवार च हो ही जाता ते जे किसी की उन्नीकी हो जाती है जो आप भाने की कोशिश करते हैं जो साडे कहते ना मने तो जबरन हो गया थाने चला जाता तो फिर आप मगर जाना ही पैना उसे जाके आप करा मतलब फिर दोनों कि डिसाइड करा की करा ਸਰ ਜਾਵਾਂਗੇ ਹਰ ਇੱਕ ਦੇ ਨਾਲ ਦੋਵਾਂ ਧਿਰਾਂ ਨੂੰ ਭਾਵਾਂਗੇ ਉਹਨਾਂ ਦੀ ਗੱਲਬਾਤ ਬਹਿ ਕੇ ਸੁਣਾਂਗੇ ਅਤੇ ਆਪਾਂ ਤੋਂ ਅੱਗੇ ਨਹੀਂ ਤੁਰਨਾ ਕਿਉਂਕਿ ਸ਼ਾਂਤੀ ਕਰਾਵਾਂਗੇ ਜੇ ਫਤੀ ਤਾਂ ਨਾ ਮੰਨਣ ਤਾਂ ਫਿਰ ਕੀ ਕੀਤਾ ਜਾਵੇਗਾ ਕਈ ਇੱਦਾਂ ਦੇ ਵੀ ਬੰਦੇ ਨਾੜੀ ਹੈਗੇ ਉਹ ਤੁਹਾਡੇ ਕਹਿਣ 'ਤੇ ਨਹੀਂ ਅਮਲ ਕਰਦੇ ਸਰ ਤੁਹਾਡੇ ਹਰ ਦੋਵਾਂ ਨੂੰ ਬਿਠਾ ਕੇ ਪੁੱਛਿਆ ਜਾਏਗਾ ਕੀ ਗੱਲ ਆ ਅਤੇ ਇੱਥੇ ਹੀ ਮੁਕਾਵਾਂਗੇ ਵੈਰੀ ਗੁੱਡ दो बेटे एक बेटी ਆਪਣਾ।